साहिब जीओ तेरे कवन कवन गुण कह कह गावा तू साहिब गुणी निधना तुमरी महिमा बरन ना सकूं तू ठाकुर उच्च भगवाना धन वाहे गुरु साहिब जीओ तनासरी महला पंजवा कर सतवा एक ओंकार सतगुर प्रसाद हर एक सिमर प्यारे कल कलेश लोभ मोह महा पौ जल तारे रहाओ सास सास निमख निमख दिन सरैन चितारे साध संग जप ने संग मन ने धान तारे चरण कमल नमस्कार गुण गोविंद विचारे साध जना की रेण नानक मंगल सुख सधारे वाहेगुरु जी का खालसा वाहेगुरु जी की फतेह। परम सन्मान योग दीन दुनिया के मालक चवर शतर अते तख्त ते सुभायमान धन धन सतगुरु श्री गुरु ग्रंथ साहिब सच्चे पातशाह जी की पावन पवित्र गोद विच सुशोभित गुरु प्यारी साध संगत जीओ गुरुदेव पिता की अपार बख्शिश दे सदका इस संघने घने पदार्थवादी माहौल दे विचों समा कढ गुरु कीआं हाजरियां भर गुरु की संगत दे नाल जुड़ करके जिंदगानी नूं सफल करन दा यतन कर रहे हो। सच्चे पातशाह जी सभना ते कृपा करन आओ जो रोजाना ही चल रही लड़ीवार गुर शब्द दी विचार इस अस्थान ते हुंदी है। लड़ीवार चल रहे बोलां दे विच्चों हजूर दी रब्बी बाणी दा पावन शब्द सरवण कीता है। गुर शब्द दी विचार आरंभ करन तो पहलां सतगुरां दे चरणां दे नाल जुड़ के असीस दी दात बख्शिश करो। दोनों हाथ जोड़ लवाओ हाजरी गुरु बख्शी फतेह प्रवान करो। आखो जी वाहे गुरु जी का खालसा वाहे गुरु जी की फतेह। अज दा ए प्यार भरिया पावन बचन शहीदां दे सिरताज सतगुरु धन धन श्री गुरु अर्जन देव महाराज पिता दी
ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ 679 ਅੰਗ ਦੇ ਉੱਤੇ ਸੁਭਾਏਮਾਨ ਹੈ, ਜਿਸ ਅੰਦਰ ਗੁਰੂ ਦੇਵ ਪਿਤਾ ਨੇ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਦੀ ਵਡਿਆਈ ਕਰਦਿਆਂ ਮਨੁੱਖਤਾ ਨੂੰ ਐਸਾ ਸੁਖੀ ਜੀਵਨ ਬਖਸ਼ਿਸ਼ ਕੀਤਾ ਹੈ ਕਿ ਇਹ ਇਨਸਾਨ ਤੂੰ ਪਰਮਾਤਮਾ ਦੇ ਚਰਨਾਂ ਤੋਂ ਉਹਦੀ ਮਿਹਰ ਦੇ ਸਦਕਾ ਉਹਦੀ ਅੰਸ਼ ਬਣ ਕੇ ਪੈਦਾ ਹੋਇਆ ਔਰ ਐਸੀ ਪਿਆਰ ਭਰੀ ਜ਼ਿੰਦਗੀ, ਐਸਾ ਜੀਵਨ ਇਸ ਦੁਨੀਆਂ 'ਤੇ ਆਏ ਜ਼ਰੂਰ, ਪਰ ਇਸ ਦੁਨੀਆਂ ਦੇ ਵਿੱਚ ਐਸੇ ਝਮੇਲੇ, ਐਸਾ ਤੂਫਾਨ, ਐਸਾ ਝੱਖੜ ਹੈ ਕਿ ਜ਼ਿੰਦਗੀ ਆਪਣੇ ਅਸਲੀ ਮਕਸਦ ਤੋਂ ਐਸਾ ਭਟਕੀ, ਹੋਰ ਹੀ ਰਸਤੇ ਇਨਸਾਨ ਤੁਰਦਾ ਹੈ ਔਰ ਅੰਦਰ ਦੇ ਇੰਨੇ ਕੁ ਕਲੇਸ਼ ਹਨ ਜੋ ਸਾਡੀ ਜ਼ਿੰਦਗੀ ਦੇ ਨਾਲ, ਸਾਡੇ ਤਨ ਨਾਲ ਅਤੇ ਸਾਡੀ ਆਤਮਾ ਦੇ ਨਾਲ ਜੁੜੇ ਪਏ ਨੇ। ਇਨਸਾਨ ਉਹਨਾਂ ਕਲੇਸ਼ਾਂ ਨੂੰ ਮਿਟਾਉਣ ਲਈ ਬੜੇ ਯਤਨ ਕਰਦਾ ਹੈ। ਗੁਰੂ ਦੇਵ ਦੀ ਬਾਣੀ ਦੇ ਵਿੱਚੋਂ ਜਦੋਂ ਪੜ੍ਹਦੇ ਹਾਂ ਤੇ ਭਗਤ ਬਾਬਾ ਫਰੀਦ ਸਾਹਿਬ ਕਹਿੰਦੇ ਨੇ, ਮਹਾਰਾਜ ਸਾਡੀ ਜ਼ਿੰਦਗੀ ਕਿੱਦਾਂ ਦੀ? ਹਜ਼ੂਰ ਦਾ ਬਚਨ ਹੈ, ਦੁੱਖਾਂ ਸੇਤੀ ਦੇਹ ਗਿਆ, ਸਾਰਾ ਦਿਨ ਦੁੱਖਾਂ ਦੇ ਵਿੱਚ ਬਤੀਤ ਹੋ ਗਿਆ, ਸੂਲਾਂ ਸੇਤੀ ਰਾਤ ਤੇ ਰਾਤ ਸੂਲਾਂ ਵਾਂਗ ਚੁਭਦਿਆਂ ਲੰਘ ਗਈ। ਭਾਵ ਬਾਹਰੀ ਤੌਰ 'ਤੇ ਮੁਖੜੇ ਦੇ ਉੱਤੇ ਬੇਸ਼ੱਕ ਮੁਸਕਰਾਹਟ ਹੋਏ, ਬਾਹਰੀ ਤੌਰ 'ਤੇ ਕੱਪੜਾ ਵੇਖ ਕੇ, ਸੰਸਾਰੀ ਸਾਧਨ ਵੇਖ ਕੇ ਬੜਾ ਸੌਖਾ ਅੰਦਾਜ਼ਾ ਲਾਇਆ ਜਾ ਸਕਦਾ ਵੀ ਇਹ ਬੰਦਾ ਧਨਾੜ ਹੈ, ਇਹ ਸੁਖੀ ਹੈ। ਇਹ ਸਾਡੇ ਬਾਹਰੀ ਪੈਮਾਨੇ ਨੇ ਅਤੇ ਬਾਹਰਲੇ ਤਰੀਕਿਆਂ ਦੇ ਨਾਲ ਇਨਸਾਨ, ਹਰੇਕ ਇਨਸਾਨ ਨੂੰ ਆਪਣੀ ਲਿਆਕਤ ਔਰ ਆਪਣੇ ਅੱਖਾਂ ਦੇ ਨਾਲ ਤੋਲਣ ਮਿਣ ਦਾ ਯਤਨ ਕਰਦਾ, ਪਰ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਇਨਸਾਨ ਵੇਖ ਰਹੇ। ਜਿਸ ਦਿਨ ਹਜ਼ੂਰ ਨੇ ਤੱਕਿਆ, ਗੁਰੂ ਨੇ ਵੇਖਿਆ, ਗੁਰੂ ਨੇ ਇਹ ਤਨ ਨਹੀਂ ਵੇਖਿਆ, ਮਹਾਰਾਜ ਨੇ ਅੰਦਰ ਵੇਖਿਆ ਵੀ ਅੰਦਰ ਕੀ ਦੌੜ ਰਿਹਾ, ਅਤੇ ਭਗਤ ਜੀ ਕਹਿੰਦੇ ਮੈਨੂੰ ਦੱਸ ਐਸਾ ਦਿਨ ਕਿਹੜਾ ਹੈ ਜਿਹਦੇ ਵਿੱਚ ਦੁੱਖ ਨਹੀਂ ਆਇਆ ਅਤੇ ਦੁੱਖਾਂ ਭਰਿਆ ਦਿਨ ਨਹੀਂ ਲੰਘਿਆ, ਅਤੇ ਭਲਿਆ ਐਸੀ ਕਿਹੜੀ ਤੇਰੀ ਰਾਤ ਹੈ ਜਿਹੜੀ ਰਾਤ ਰੱਬ ਦੀ ਯਾਦ ਨਾ ਲੰਘੀ ਹੋਵੇ, ਹਰ ਇੱਕ ਰਾਤ ਸੂਲਾਂ ਵਾਂਗ ਚੁਭਦਿਆਂ ਲੰਘਦੀ। ਮਹਾਰਾਜ ਕਹਿੰਦੇ ਨੇ ਦੁੱਖਾਂ ਸੇਤੀ ਦੇਹ ਗਿਆ, ਸੂਲਾਂ ਸੇਤੀ ਰਾਤ, ਖੜਾ ਪੁਕਾਰੇ ਪਾਤਣੀ ਬੇੜਾ ਕੱਪਰਵਾਤ, ਪੱਤਣ ਦੇ ਉੱਤੇ ਖੜੋ ਕੇ ਗੁਰੂ ਮਲਾ ਪੁਕਾਰ ਰਿਹਾ ਹੈ, ਇਹ ਬੰਦੇ ਤੇਰੀ ਜ਼ਿੰਦਗੀ ਦਾ ਬੇੜਾ ਮੈਨੂੰ ਡੁੱਬਦਾ ਨਜ਼ਰ ਆਉਂਦਾ ਹੈ। ਜਿਸ ਦਿਨ ਇਸ ਗੱਲ ਦੀ ਸਮਝ ਆਈ ਕਿ ਗੁਰੂ ਦੇ ਚਰਨਾਂ 'ਚ ਬਹਿ ਕੇ ਅਤੇ ਸ਼ਬਦ ਪੜ੍ਹਦੇ ਹਾਂ ਨਿਰਮਲ, ਗੁਰੂ ਦੇ ਚਰਨਾਂ ਵਿੱਚ ਬਹਿ ਕੇ ਅਤੇ ਪੜ੍ਹਿਆ ਸੱਚ, ਇਮਾਨਦਾਰੀ, ਨੇਕੀ, ਸਤੋ ਗੁਣੀ ਜੀਵਨ, ਪਰ ਅੰਦਰ ਝਾਤੀ ਮਾਰੀ ਕੀ ਇਹ ਇਕੱਲੇ ਬੋਲ ਸਿਰਫ ਸੁਣਨ ਅਤੇ ਕਹਿਣ ਤੱਕ ਹੀ ਸੀਮਤ ਕਿਉਂ ਰਹਿ ਗਏ? ਮਨਾ ਤੂੰ ਨਿਰਮਲ ਹੈ, ਮੈਂ ਕਿਸੇ ਵੱਲ ਵੇਖ ਰਿਹਾ, ਚੜ੍ਹਦੀ ਕਲਾ ਕਿਸੇ ਦੀ ਹੋ ਰਹੀ ਹੈ, ਅਤੇ ਜੇ ਅੰਦਰ ਗੁਰੂ ਦਾ ਸ਼ੁਕਰਾਨਾ, ਮਹਾਰਾਜ ਇਹ ਵਡਿਆਈਆਂ ਤੇਰੀਆਂ ਨੇ, ਫਿਰ ਤਾਂ ਜੀਵਨ ਦੀ ਘਾਟ ਹੋਰ ਹੈ। ਜੇ ਕਿਸੇ ਨੂੰ ਵੇਖ ਕੇ ਮਨ ਈਰਖਾ ਨਾਲ ਭਰਿਆ, ਇਹਦਾ ਮਤਲਬ ਮੇਰਾ ਅੰਦਰ ਬਹੁਤ ਮੈੜਾ, ਉਹਦੀ ਪੜਚੋਲ ਕਰਨੀ ਪਏਗੀ। ਜਿਸ ਦਿਨ ਕੋਈ ਜੀਵ, ਮੈਂ ਇਹਨੂੰ ਫਿਰ ਸੌਖੇ ਬੋਲਾਂ 'ਚ ਕਹਾਂ, ਤਿੰਨ ਕੁ ਤਰ੍ਹਾਂ ਦਾ ਵਿਦਵਾਨ ਪੁਰਖਾ ਰੋਗੀ ਮੰਨਿਆ। ਇੱਕ ਰੋਗੀ ਭਾਗਾਂ ਵਾਲੇ ਉਹ ਏ ਜਿਹਨੂੰ ਰੋਗ ਲੱਗ ਗਿਆ, ਵੈਦ ਕੋਲ, ਡਾਕਟਰ ਕੋਲ ਗਿਆ, ਆਪਣਾ ਮਰਜ਼ ਦੱਸਿਆ, ਡਾਕਟਰ ਨੇ ਚੈੱਕ ਕੀਤਾ, ਦਵਾਈ ਦੇ ਦਿੱਤੀ, ਗੱਲ ਪਾਸੇ ਚਲੀ ਗਈ। ਦੂਸਰਾ ਰੋਗੀ ਐਸਾ, ਮਰਜ਼ ਦਾ ਉਹਨੂੰ ਵੀ ਪਤਾ ਲੱਗਾ ਪਰ ਉਹ ਜਾਣ ਜੋਗਾ ਨਹੀਂ, ਜਾਂ ਉਹਨੂੰ ਕੋਈ ਲੈ ਗਿਆ ਜਾਂ ਵੈਦ ਘਰ ਆ ਕੇ ਇਲਾਜ ਕਰ ਗਿਆ। ਤੀਸਰਾ ਰੋਗੀ ਉਹ
ਜਿਹਨੂੰ ਰੋਗ ਹੈ ਪਰ ਡਾਕਟਰ ਘਰ ਆ ਕੇ ਦਵਾਈ ਦੇਣ ਦਾ ਯਤਨ ਕਰੇ ਅਤੇ ਰੋਗੀ ਮੰਨੇ ਹੀ ਨਾ ਵੀ ਮੈਨੂੰ ਤਾਂ ਰੋਗ ਲੱਗਾ ਹੀ ਨਹੀਂ, ਉਸ ਰੋਗੀ ਦਾ ਕੋਈ ਇਲਾਜ ਨਹੀਂ ਹੁੰਦਾ। ਅਸੀਂ ਕਿਹਨਾਂ ਚੋਂ ਇਹ ਵੇਖਣਾ ਪਏਗਾ ਵੀ ਮੈਨੂੰ ਰੋਗ ਲੱਗਾ ਹੈ, ਸੱਚਮੁੱਚ ਮੇਰਾ ਅੰਦਰਲਾ ਮੈੜਾ ਜਿਸ ਦਿਨ ਇਸ ਗੱਲ ਨੂੰ ਮੰਨਿਆ ਭਾਗਾਂ ਵਾਲੇ ਉਦਣ ਗੁਰੂ ਦਰ ਆਇਆ ਪ੍ਰਵਾਨ ਹੈ ਅਤੇ ਗੁਰੂ ਅੱਗੇ ਬੇਨਤੀ ਕੀਤੀ ਮਹਾਰਾਜ ਕਿਰਪਾ ਕਰੋ ਇਸ ਰੋਗ ਤੋਂ ਛੁਟਕਾਰਾ ਦੇਵੇ, ਇਹਦੀ ਦਵਾਈ ਕੀ ਹੈ। ਇਹ ਤੋਂ ਅਗਲਾ ਸਲੋਕ ਬਾਬਾ ਫਰੀਦ ਸਾਹਿਬ ਨੇ ਬੜਾ ਪਿਆਰਾ ਲਿਖਿਆ, ਮਹਾਰਾਜ ਕਹਿੰਦੇ ਨੇ ਲੰਮੀ ਲੰਮੀ ਨਦੀ ਵਹੈ ਕੰਧੀ ਕੇ ਰਹੇਤ ਬੇੜੇ ਨੂੰ ਕੱਪਰ ਕਿਆ ਕਰੇ ਜੇ ਪਾਤਣ ਰਹੇ ਸੁਚੇਤ। ਭਲਿਆ ਸਮੁੰਦਰ ਦੇ ਤੂਫਾਨ ਤੇਰੀ ਜ਼ਿੰਦਗੀ ਦੀ ਬੇੜੀ ਨੂੰ ਕਦੇ ਵੀ ਨਹੀਂ ਡੁਲਾ ਸਕਦੇ ਜੇ ਤੇਰੀ ਬੇੜੀ 'ਤੇ ਮਲਾਹ ਸੁਚੱਜਾ ਹੈ। ਜੇ ਮਲਾਹ ਚੰਗਾ ਹੈ ਤਾਂ ਉਹ ਦੁਨੀਆਂ ਦੇ ਘੁੰਮਣ ਘੇਰੀ 'ਚ ਬੇੜੇ ਨੂੰ ਡੁੱਬਣ ਨਹੀਂ ਦਿੰਦਾ। ਅੱਜ ਮਹਾਰਾਜ ਪਿਤਾ ਇਸ ਸ਼ਬਦ ਰਾਹੀਂ ਕਿਰਪਾ ਕੀ ਕਰ ਰਹੇ ਨੇ, ਕਹਿੰਦੇ ਹਰ ਏਕ ਸਿਮਰ, ਏਕ ਸਿਮਰ, ਏਕ ਸਿਮਰ ਪਿਆਰੇ, ਇਹ ਮੇਰੇ ਭਲੇ ਜੀਵ, ਇਹ ਰੱਬ ਦੇ ਬੰਦੇ, ਇੱਕ ਵਾਹਿਗੁਰੂ ਦਾ ਸਿਮਰਨ ਕਰ, ਉਹਦੀ ਭਗਤੀ ਕਰ, ਉਹਦੀ ਬੰਦਗੀ ਕਰ, ਮੇਰਾ ਸਵਾਲ ਹੋਏਗਾ ਮਹਾਰਾਜ ਕਿਉਂ? ਕਾਰਨ ਤੇ ਸਤਿਗੁਰੂ ਨੇ ਅਗਲੇ ਬੋਲ ਦੇ ਵਿੱਚ ਇੱਕ ਇੱਕ ਰੋਗ ਲਿਖ ਕੇ ਪਿਆਰ ਬਖਸ਼ਿਆ। ਕਹਿੰਦੇ ਨੇ ਇਸ ਬੰਦਗੀ ਦੇ ਸਦਕਾ ਕੱਲ ਕਲੇਸ਼ ਲੋਭ ਮੋਹ ਮਹਾ ਭਉ ਜਲ ਤਾਰੇ, ਇਸ ਸ਼ਬਦ ਦਾ ਰਹਾਉ ਬੰਦ ਵੀ ਹੈ ਪਹਿਲਾ ਹੀ ਬਚਨ। ਕੱਲ ਕਲੇਸ਼ ਸੰਸਾਰ ਦੇ ਵਿੱਚ ਜਿਹੜੇ ਇੰਨਾ ਕਲੇਸ਼ ਹੈ ਇਸ ਤਨ ਦੇ ਨਾਲ ਜੁੜਿਆ ਹੋਇਆ ਕਿਵੇਂ ਮਿਟੇਗਾ? ਅੱਜ ਹਰ ਇੱਕ ਇਨਸਾਨ ਉਹਨਾਂ ਦੁਖੀ ਬਾਹਰੋਂ ਕਰਕੇ ਨਹੀਂ ਜਿੰਨਾ ਆਪਣੇ ਘਰ ਦੀਆਂ ਪ੍ਰੋਬਲਮਸ ਕਰਕੇ ਇਨਸਾਨ ਦੁਖੀ ਹੋਇਆ। ਅਸੀਂ ਆਪਣੇ ਵੱਲ ਝਾਤੀ ਜਦੋਂ ਅੰਦਰ ਨੂੰ ਮਾਰਦੇ ਹਾਂ ਨਾ, ਸਾਡਾ ਇਹੀ ਇਹ ਹਰ ਇੱਕ ਬੰਦਾ ਕਹਿੰਦਾ ਮੇਰਾ ਪਰਿਵਾਰ, ਮੇਰੇ ਧੀਆਂ ਪੁੱਤ ਬੱਚੇ ਸਾਰੇ ਇੱਕ ਥਾਂ 'ਤੇ ਇਮਾਨਦਾਰੀ ਇਕਾਗਰਤਾ ਔਰ ਇੱਕ ਛੱਤ ਥੱਲੇ ਇਕੱਠੇ ਰਹਿਣ। ਹਰੇਕ ਘਰ ਖੇਰੂ ਖੇਰੂ ਹੋ ਗਿਆ, ਰੱਬ ਦੀ ਕੋਈ ਬੰਦਗੀ ਦੀ ਕੋਈ ਦਾਤ ਨਾ ਹੋਵੇ ਤਾਂ ਉਹ ਘਰ ਕੈਸੇ ਹੋ ਜਾਣਗੇ? ਦੁਨੀਆਂ ਦੇ ਲੋਕਾਂ ਭੂਤਾਂ ਪ੍ਰੇਤਾਂ ਦੀ ਗੱਲ ਕੀਤੀ ਅਤੇ ਮਹਾਰਾਜ ਦੀ ਜਦੋਂ ਬਾਣੀ ਨੂੰ ਪੜ੍ਹਿਆ ਨਾ, ਸੱਚੇ ਪਾਤਸ਼ਾਹ ਕਹਿੰਦੇ ਜਿਸ ਘਰ ਵਿੱਚ ਰੱਬ ਦੀ ਬੰਦਗੀ ਨਹੀਂ ਉਹ ਘਰ ਸ਼ਮਸ਼ਾਨ ਘਾਟ ਤੋਂ ਘੱਟ ਨਹੀਂ ਹੈ, ਉੱਥੇ ਬੰਦਗੀ ਤੋਂ ਹੀਣੇ ਬੰਦੇ ਤੇ ਭੂਤਾਂ ਵਾਂਗ ਵੱਸਦੇ ਨੇ ਨਾ। ਇਨਸਾਨ ਇਸ ਤਨ ਦੇ ਦੁੱਖਾਂ ਕਰਕੇ ਕਿੰਨੇ ਇਲਾਜ ਕਰਨ ਦਾ ਯਤਨ ਕਰਦਾ ਹੈ। ਬਾਹਰੀ ਕਲੇਸ਼ ਹੈ, ਕੋਈ ਟੇਵੇ ਜਾ ਕੇ ਬਣਵਾਉਂਦਾ ਫਿਰਦਾ, ਕੋਈ ਪੱਤਰੀਆਂ ਮਿਲਾਉਂਦਾ ਫਿਰਦਾ, ਕੋਈ ਯੱਗ ਕਰਵਾ ਜੋ ਵੀ ਕਿਸੇ ਦੱਸ ਦਿੱਤਾ ਅਤੇ ਆਉਂਦਿਆਂ ਆਉਂਦਿਆਂ ਆਉਣਾ ਗੁਰਦੁਆਰੇ ਵੇ ਰਾਹ 'ਚ ਕਿਤੇ ਪੰਡਿਤ ਨੇ ਦੱਸ ਦਿੱਤਾ ਅਤੇ ਗੁਰਦੁਆਰੇ ਆਉਂਦਿਆਂ ਵੀ ਪੰਡਿਤ ਦੀ ਫਿਲਾਸਫੀ ਚੁੱਕੇ ਨਾਲ ਲੈ ਆਈ ਦੀ ਚੱਲ ਮਨਾ ਕਿਤੇ ਮਾਂ ਹੀ ਚੜ੍ਹਾ ਕੇ ਵੇਖ ਲਾ ਸ਼ਾਇਦ ਕਲੇਸ਼ ਮੁੱਕ ਜਾਏ। ਸੁਖਮਣੀ ਸਾਹਿਬ ਦਾ ਪਹਿਲਾ ਬਚਨ ਪੜ੍ਹੋ, ਹਜ਼ੂਰ ਕਹਿੰਦੇ ਸਿਮਰੋ ਸਿਮਰ ਸਿਮਰ ਸੁਖ ਪਾਵੋ ਕੱਲ ਕਲੇਸ਼ ਤਨ ਮਾਹੇ ਮਿਟਾਵੋ। ਤਨ ਦੀ ਗੱਲ ਹੈ, ਮਨ ਦੀ ਨਹੀਂ। ਤਨ ਦੇ ਜਿਹੜੇ ਕਲੇਸ਼ ਨੇ, ਸਾਡੇ ਘਰਾਂ ਦੀਆਂ ਜਿਹੜੀਆਂ ਅੱਜ ਗਤੀਵਿਧੀਆਂ ਬਣੀਆਂ ਹੋਈਆਂ, ਸਾਡੇ ਘਰਾਂ ਦੇ ਜਿਹੜੇ ਹਾਲਾਤ ਬਣੇ ਪਏ, ਸੱਚੇ ਪਾਤਸ਼ਾਹ ਕਹਿੰਦੇ ਨੇ ਬੰਦਗੀ ਤੋਂ ਬਿਨਾਂ ਕੋਈ ਇਲਾਜ ਨਹੀਂ। ਮੈਂ ਫਿਰ ਇੱਕ ਇਤਿਹਾਸ ਦਾ ਬੋਲ ਰੱਖਾਂ, ਇਹ ਨਹੀਂ ਸਾਡੇ ਨਾਲ, ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ ਵੱਲ ਧਿਆਨ ਮਾਰੀਏ, ਮਾਲਕ ਦੇ ਘਰ ਦੇ ਵਿੱਚ ਕੀ ਹਾਲਾਤ ਨੇ, ਕੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਕਿਤੇ ਇੱਕ ਦਿਨ ਤੱਤੀ ਤਵੀ 'ਤੇ ਬੈਠੇ? ਨਾ, ਮਹਾਰਾਜ ਦਾ ਸਾਰਾ ਜੀਵਨ ਤੱਤੀ ਤਵੀ 'ਤੇ ਲੰਘ ਗਿਆ, ਸਾਰਾ ਹੀ ਜੀਵਨ। ਕਿਹੜਾ ਦਿਨ ਹੈ ਜਿੱਦਣ ਭਰਾਵਾਂ ਵਕਤ ਦੇ ਹੁਕਮਰਾਨਾਂ ਜਾਂ ਹੋਰ ਲੋਕਾਂ ਨੇ ਗੁਰੂ ਅਰਜਨ ਦੇਵ ਸਾਹਿਬ ਨੂੰ ਦੁੱਖ ਦੇਣ ਦਾ ਯਤਨ ਨਾ ਕੀਤਾ ਹੋਵੇ,
ਰੱਬੀ ਬਾਣੀ ਪੜ੍ਹ ਲਈਏ। ਕਿਤੇ ਵੀ ਗੁਰੂ ਸਾਹਿਬ ਨੇ ਰੱਬ ਦੇ ਸ਼ੁਕਰਾਨੇ ਤੋਂ ਬਿਨਾਂ ਜਾਂ ਗੁਰੂ ਦੇ ਆਸਰੇ ਤੋਂ ਬਿਨਾਂ ਦੂਜੀ ਗੱਲ ਕੀਤੀ ਹੋਵੇ। ਕੋਈ ਚੜ੍ਹਾਈ ਕਰਕੇ ਆ ਰਿਹਾ, ਬਚਨ ਕੀ ਨੇ? ਸਾਹਿਬ ਕਹਿੰਦੇ ਨੇ ਪ੍ਰਥਮੇ ਮਤਾ ਜੇ ਪੱਤਰੀ ਚਲਾਵੋ, ਦੁਤੀਏ ਮਤਾ ਦੋਏ ਮਾਨੁਖ ਪਹੁੰਚਾਵੋ, ਤ੍ਰਿਤੀਏ ਮਤਾ ਕਿਸ ਕਰੋ ਉਪਾਇਆ, ਮੈਂ ਸਭ ਕਿਸ ਛੋੜ ਪ੍ਰਭ ਤੂੰ ਹੀ ਤੇ ਆਇਆ। ਮਹਾਰਾਜ ਲੋਕ ਚੜ੍ਹ ਕੇ ਆ ਰਹੇ ਨੇ ਜੋ ਮਰਜ਼ੀ, ਪਰ ਮੈਂ ਸਿਰਫ਼ ਤੇ ਸਿਰਫ਼ ਤੇਰੇ ਚਰਨਾਂ ਨਾਲ ਜੁੜਿਆ। ਗੁਰੂ ਹਰਗੋਬਿੰਦ ਸਾਹਿਬ ਤੇ ਸਕੇ ਭਰਾ ਨੇ ਵਾਰ ਕੀਤੇ, ਪਰ ਹਜ਼ੂਰ ਕਹਿੰਦੇ ਮੇਰਾ ਸਤਿਗੁਰ ਰਖਵਾਲਾ ਹੋਵਾ, ਧਾਰ ਕਿਰਪਾ ਪ੍ਰਭ ਹੱਥ ਦੇ ਰੱਖਿਆ, ਹਰ ਗੋਬਿੰਦ ਨਵਾਂ ਨਰੋਆ। ਗੁਰਮੁਖੋ, ਧਨ ਨਾਲ ਜੁੜੇ ਕਲੇਸ਼ ਨੇ, ਇਹਨਾਂ ਦਾ ਇਲਾਜ ਕਿਤੋਂ ਬਾਹਰੋਂ ਨਹੀਂ। ਗੁਰੂ ਨੇ ਪੁਕਾਰ ਕੇ ਆਖਿਆ ਸਰਬ ਰੋਗ ਤਾਂ ਔਖਦ ਨਾਮ ਭਲਿਆ, ਉਸ ਘਰ ਦੇ ਵਿੱਚ ਕਦੀ ਬੂਟਾ ਤੇ ਬੀਜ ਕੇ ਵੇਖ ਬਾਣੀ ਦਾ, ਬੰਦਗੀ ਦਾ, ਗੁਰੂ ਦੇ ਨਾਮ ਦਾ। ਕੱਲ ਕਲੇਸ਼ ਲੋਭ ਮੋਹ, ਲੋਭ ਦੀ ਬਿਰਤੀ ਐਸੀ ਹੈ, ਸਮਾਂ ਸੀਮਤ ਜਿਹਾ, ਮੈਂ ਸਿਰਫ਼ ਦੋ ਬੋਲ ਕਹਿ ਕੇ ਸਮਾਪਤੀ ਕਰਾਂ। ਸ਼ੇਖ ਸਾਦੀ ਜੀ ਕਹਿੰਦੇ ਨੇ ਵੀ ਲੋਭੀ ਬੰਦੇ ਦੀ ਅੱਖ ਨੂੰ ਜਾਂ ਸੰਤੋਖ ਨਾਲ ਭਰਿਆ ਜਾ ਸਕਦਾ, ਜਾਂ ਕਬਰ ਦੀ ਮਿੱਟੀ ਨਾਲ ਭਰਿਆ ਜਾ ਸਕਦਾ, ਹੋਰ ਉਹਦਾ ਕੋਈ ਇਲਾਜ ਨਹੀਂ। ਹਜ਼ੂਰ ਦੇ ਚਰਨਾਂ ਨਾਲ ਜੁੜੇ, ਮਹਾਰਾਜ ਮੇਰੇ ਅੰਦਰ ਦੀ ਬਹੁਤ ਇੱਛਾ ਵਧੀ ਹੈ ਲੋਭ ਦੀ। ਭਗਤਾਂ ਪੁਕਾਰ ਕੇ ਆਖਿਆ ਲੋਭ ਲਹਿਰ ਅਤ ਨੀਚਰ ਬਾਜੈ, ਕਾਇਆ ਡੂਬੈ ਕੇਸਵਾ, ਸੰਸਾਰ ਸਮੁੰਦੇ ਤਾਰ ਗੋਬਿੰਦੇ ਤਾਰ ਲੈ ਬਾਪ ਬੀਠਲਾ। ਸਾਹਿਬ ਕਹਿੰਦੇ ਨੇ ਬੰਦਗੀ ਲੋਭ ਨੂੰ ਸੰਤੋਖ ਚ ਬਦਲ ਦੇਗੀ, ਤ੍ਰਿਸ਼ਨਾ ਬੁੱਝੈ ਹਰ ਕਹਿਣਾ ਮਹਾ ਸੰਤੋਖ। ਕੱਲਾ ਸੰਤੋਖ ਨਹੀਂ, ਮਹਾ ਸੰਤੋਖ ਹੋਵੇ ਗੁਰਬਚਨੀ, ਪ੍ਰਭ ਸਿਉ ਲਾਗੈ ਪੂਰਨ ਧਿਆਨ। ਕੱਲ ਕਲੇਸ਼ ਲੋਭ ਮੋਹ, ਮੋਹ ਦੀਆਂ ਤੰਦਾਂ, ਇਹਨਾਂ ਦੀ ਇੰਨੀ ਕੁ ਪਕੜ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਪੰਕਜ ਮੋਹ ਪੱਗ ਨਹੀਂ ਚੱਲਦਾ, ਹਮ ਦੇਖਾਂ ਤਹਿ ਡੂਬੀਏ। ਕੂੜ ਮਿੱਠਾ ਕੂੜ ਮਾਖਿਓ ਕੂੜ ਡੋਬੈ ਪੂਰ, ਇੱਥੇ ਪੂਰਾਂ ਦੇ ਪੂਰ ਡੁੱਬਦੇ ਆਏ ਮੋਹ ਦੀਆਂ ਤੰਦਾਂ ਦੇ ਵਿੱਚ। ਪਰ ਬੰਦਗੀ ਇੱਕ ਐਸੀ ਦਾਤ ਹੈ, ਨਾਮ ਜਪਿਆ ਮੋਹ ਪ੍ਰੇਮ ਦੀਆਂ ਭਾਵਨਾਵਾਂ ਵਿੱਚ ਬਦਲ ਜਾਂਦਾ। ਕੱਲ ਕਲੇਸ਼ ਲੋਭ ਮੋਹ ਮਹਾ ਭੌਜਲ ਤਾਰੇ। ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਸੰਸਾਰ ਇੱਕ ਵਿੱਧਣ ਖੂਹੀ ਵਰਗਾ ਹੈ। ਇਹ ਸੰਸਾਰ ਨੂੰ ਧੂੰਏ ਦਾ ਪਹਾੜ ਵੀ ਆਖਿਆ, ਇਹ ਸੰਸਾਰ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਮਲ ਅਖਾੜਾ ਵੀ ਆਖਿਆ, ਪਰ ਇੱਕੋ ਹੀ ਗੱਲ ਕੀਤੀ ਭਲਿਆ, ਇੱਥੋਂ ਜ਼ਿੰਦਗੀ ਦੀ ਬਾਜੀ ਨੂੰ ਜਿੱਤ ਕੇ ਜਾਣਾ ਅਤੇ ਕੇਵਲ ਵਾਹਿਗੁਰੂ ਦੇ ਚਰਨਾਂ ਦਾ ਆਸਰਾ, ਦੁਨੀਆਂ 'ਚ ਦੂਜਾ ਕੋਈ ਆਸਰਾ ਨਹੀਂ। ਗੁਰੂ ਕਿਰਪਾ ਕਰੇ, ਆਓ ਆਪਣੀ ਜ਼ਿੰਦਗੀ ਦੀ ਸਵੈ ਪੜਚੋਲ ਖੁਦ ਕਰੀਏ, ਗੁਰੂ ਦੇ ਚਰਨਾਂ ਨਾਲ ਆਪਣੇ ਜੀਵਨ ਨੂੰ ਜੋੜੀਏ, ਅਤੇ ਮਾਲਕ ਦੇ ਨਾਮ ਦੀ ਕਣੀ ਸਾਡੇ ਜੀਵਨ ਵਿੱਚ ਐਸੀ ਵਸੇ ਜਿੱਥੇ ਹਜ਼ੂਰ ਕਹਿੰਦੇ ਨੇ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਸਤਿਗੁਰੂ ਦੀ ਰਹਿਮਤ ਹੋਏ, ਸੰਗਤ ਵਿੱਚ ਜੁੜਦਿਆਂ ਸਾਰੇ ਗੁਰੂ ਪਿਆਰੇ ਅਰਦਾਸ ਕਰਿਓ, ਮਹਾਰਾਜ ਜੀਵਨ ਵਿੱਚ ਬੰਦਗੀ ਦੀ ਦਾਤ, ਨਾਮ ਦੀ ਦਾਤ, ਬਾਣੀ ਦਾ ਪਿਆਰ ਬਖਸ਼ਿਸ਼ ਕਰ ਦਿਓ। ਦੁਨੀਆਂ 'ਤੇ ਆਉਣਾ ਜਾਣਾ ਸਾਡਾ ਸਭਨਾਂ ਦਾ ਸਫਲਾ ਹੋ ਜਾਏ, ਹੋਈਆਂ ਬੇਅੰਤ ਭੁੱਲਾਂ ਖਿਮਾ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।